ਵਿਜੀਲੈਂਸ ਵਿਭਾਗ ਦੇ ਵੱਲੋਂ ਇੱਕ ATP ਨੂੰ ਗ੍ਰਿਫਤਾਰ ਕੀਤਾ ਗਿਆ ਹੈ। 50,000 ਰੁਪਏ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਹੋਇਆ ਉਸਨੂੰ ਕਾਬੂ ਕੀਤਾ ਗਿਆ ਹੈ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਵਿਜੀਲੈਂਸ ਵਿਭਾਗ ਦੀ ਟੀਮ ਦੇ ਵੱਲੋਂ ਇੱਕ ਅਸਿਸਟੈਂਟ ਟਾਊਨ ਪਲੈਨਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਖਬਰ ਸਾਹਮਣੇ ਆਈ ਹੈ ਕਿ ਸ਼ਹਿਰ ਦੇ ਇੱਕ ਵਕੀਲ ਦੇ ਵੱਲੋਂ ਰਿਆਸ਼ੀ ਇਲਾਕੇ ਦੇ ਵਿੱਚ ਇੱਕ ਮਕਾਨ ਦੀ NOC ਲੈਣੀ ਸੀ ਅਤੇ ਪਹਿਲਾਂ ਵੀ ਇਸ ATP ਦੇ ਵੱਲੋਂ ਕਈ ਅੜਚਨਾਂ ਪਾਈਆਂ ਗਈਆਂ, ਜਿਸ ਤੋਂ ਬਾਅਦ ਜਦ ਵਕੀਲ ਨੂੰ NOC ਮਿਲ ਗਈ ਤਾਂ ਅੱਗੇ ਦਾ ਕੰਮ ਜਦ ਨੇਪਰੇ ਨਹੀਂ ਚੜਿਆ ਤਾਂ ATP ਨੇ ਵਕੀਲ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਨੂੰ 2 ਲੱਖ ਰੁਪਏ ਦਿਓ, ਮੈਂ ਫਿਰ ਕੰਮ ਤੁਹਾਡਾ ਕਰਵਾ ਦਿਆਂਗਾ। ਹਾਲਾਂਕਿ ਵਕੀਲ ਦੇ ਵੱਲੋਂ ਵਿਜੀਲੈਂਸ ਵਿਭਾਗ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਵਿਭਾਗ ਨੇ ਐਕਸ਼ਨ ਮੋਡ ਵਿੱਚ ਆਉਂਦੇ ਹੋਇਆਂ ਇਸ ATP 'ਤੇ ਕਾਰਵਾਈ ਕੀਤੀ। ਵੱਡੀ ਗੱਲ ਇਹ ਹੈ ਕਿ ਮਿਊਨਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰੋਂ ਹੀ ਇਸ ATP ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹਾਲਾਂਕਿ ਰੰਗੇ ਹੱਥੀ ਵਿਜੀਲੈਂਸ ਵਿਭਾਗ ਦੀ ਟੀਮ ਨੇ ਇਸ ATP ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਕਾਬੂ ਕੀਤਾ ਹੈ ਔਰ ਉੱਥੇ ਹੀ ਵਕੀਲ ਦੇ ਵੱਲੋਂ ਪਹਿਲਾਂ ਹੀ ਵਿਭਾਗ ਨੂੰ ਇਸ ਸੰਬੰਧੀ ਜੋ ਸ਼ਿਕਾਇਤ ਹੈ ਉਹ ਦਰਖਾਸਤ ਹੈ ਜੋ ਇਸ ਸੰਬੰਧੀ ਦਿੱਤੀ ਗਈ ਸੀ ਕਿ ਇਸ ATP ਦੇ ਵੱਲੋਂ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਜਦ ATP ਨੇ ਆਪਣਾ ਪੱਖ ਰੱਖਿਆ ਤਾਂ ਉਸਦਾ ਕਹਿਣਾ ਸੀ ਕਿ ਆਰਕੀਟੈਕਟ ਦੇ ਨਾਲ ਕੋਈ ਮਾਮਲਾ ਚੱਲਦਾ ਆ ਰਿਹਾ ਹੈ ਅਤੇ ਮੈਨੂੰ ਨਜਾਇਜ਼ ਇਸ ਵਿੱਚ ਘੜੀਸਿਆ ਗਿਆ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ATP ਦੀ ਰਿਟਾਇਰਮੈਂਟ ਨੂੰ ਸਿਰਫ 10 ਦਿਨ ਬਾਕੀ ਸੀ, ਉਸ ਤੋਂ ਪਹਿਲਾਂ ਹੀ ਵਿਭਾਗ ਦੇ ਵੱਲੋਂ ਉਸ 'ਤੇ ਵੱਡਾ ਐਕਸ਼ਨ ਲਿੱਤਾ ਗਿਆ, ਉਸਨੂੰ ਗ੍ਰਿਫਤਾਰ ਕੀਤਾ ਗਿਆ। ਸਿਰਫ 10 ਦਿਨ ਬਾਅਦ ਉਸਦੀ ਰਿਟਾਇਰਮੈਂਟ ਸੀ, ਪਰ ਉਸ ਤੋਂ ਪਹਿਲਾਂ ਹੀ ਇੱਕ ਵੱਡੀ ਕਾਰਵਾਈ ਹੋਈ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਔਰ ਅੰਮ੍ਰਿਤਸਰ ਤੋਂ ਅਸਿਸਟੈਂਟ ਟਾਊਨ ਪਲੈਨਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵੱਲੋਂ ਵਕੀਲ ਤੋਂ 2 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਮੌਕੇ 'ਤੇ ਹੀ ਮਿਊਨਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰੋਂ ਵਿਜੀਲੈਂਸ ਵਿਭਾਗ ਦੀ ਟੀਮ ਨੇ ਇਸ ATP ਨੂੰ 50,000 ਰੁਪਏ ਲੈਂਦਿਆਂ ਹੋਇਆ ਰੰਗੇ ਹੱਥੀ ਕਾਬੂ ਕੀਤਾ ਹੈ। ਮੈਂ ਨਜਾਇਜ਼ ਬਸ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ, ਅੱਜ ਉਹਨਾਂ ਨੇ ਨਾ ਹੀ ਮੈਨੂੰ ਹੀ ਵੀ ਇਹਨਾਂ ਨੇ ਮੈਨੂੰ ਕਦੀ ਸੋਚਿਆ ਸੀ ਵੀ ਇਹ ਕੰਮ ਮੇਰੇ ਨਾਲ ਕਰਨਗੇ। ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ, ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ। ਹਾਂਜੀ ਹਾਂਜੀ ਆਰਕੀਟੈਕਟ ਔਰ ਮੈਨੂੰ ਨਜਾਇਜ਼ ਫਸਾਇਆ ਗਿਆ, ਮੈਂ ਇਹੋ ਕਹਾਂਗਾ ਬਸ। ਕਿੰਨੇ ਦਿਨ ਰਹਿ ਗਏ? ਮੇਰੇ 10 ਦਿਨ ਜੀ। ਮੈਂ ਇੰਸਪੈਕਟਰ ਇੰਦਰਜੀਤ ਸਿੰਘ ਨਾਂ ਹੈ ਮੈਂ ਅਤੇ ਇੱਕ ਅਕਿਊਜ਼ਡ ਅਸੀਂ ਅੱਜ ATP ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਤੋਂ। ਇੱਕ ਸਾਡੀ ਕੰਪਲੇਂਟ ਸੀਗੇ ਸਾਈ ਕਿਰਪਾ ਜੀ, ਉਹ ਬਾਈ ਪ੍ਰੋਫੈਸ਼ਨ ਐਡਵੋਕੇਟ ਨੇ ਐਂਡ ਉਹਨਾਂ ਨੇ ਇੱਕ NOC ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਪਲਾਟ ਦੀ ਜੀ। ਉਹਦੇ ਸੰਬੰਧ ਦੇ ਵਿੱਚ ਜਿਹੜੀ NOC ਸੀ ਉਹ ਲਾਸਟ ਮੰਥ ਲੈ ਵੀ ਚੁੱਕੇ ਸੀ, ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ATP ਹਰਜਿੰਦਰ। ਇਹਨੇ ਜਾ ਕੇ 10 ਕੁ ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਦੇ ਸਾਰਾ ਸੀਵਰੇਜ ਸਿਸਟਮ ਅਤੇ ਚਾਰਦੀਵਾਰੀ ਸੀ ਉਹ ਤੋੜ ਦਿੱਤੀ ਸੀਗੀ। ਅਤੇ ਇਹ ਫਿਰ ਜਦੋਂ ਇਹਨੂੰ ਦੁਬਾਰਾ ਇਹਨਾਂ ਰਾਬਤਾ ਕੀਤਾ ਕਿ ਸਾਡੇ ਕੋਲ NOC ਹੈਗੀ ਹੈ, ਰਿਕੁਆਇਰਡ ਡਾਕੂਮੈਂਟ ਸਾਰੇ ਹੈਗੇ ਆ ਅਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ, ਅਤੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਨੇ ਡਿਮਾਂਡ ਕੀਤਾ ਕਿ 2 ਲੱਖ ਰੁਪਇਆ ਦਿਓ, ਮੈਂ ਤੁਹਾਡਾ ਫਿਰ ਕੰਮ ਚੱਲਣ ਦੇਵਾਂਗਾ। 2 ਲੱਖ ਰੁਪਇਆ ਡਿਮਾਂਡ ਦੇ ਉੱਤੇ ਫਿਰ ਸਾਨੂੰ ਅਪਰੋਚ ਕੀਤਾ ਵਿਜੀਲੈਂਸ ਬਿਊਰੋ ਨੂੰ ਕੰਪਲੇਟਨ ਸਾਈ ਕਿਰਪਾ ਜੀ ਨੇ, ਅਤੇ ਇਹਨਾਂ ਨੇ ਸਾਨੂੰ ਸਾਰੀ ਜਿਵੇਂ ਦੱਸੀ ਗੱਲ ਇਹਨਾਂ ਦਾ, ਫਿਰ ਆਪਾਂ ਦੇਖ ਕੇ ਵੈਰੀਫਾਈ ਕਰਕੇ ਔਨ ਰਿਕਾਰਡ, ਅਤੇ ਅੱਜ ਇਹਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ATP ਜਿਹੜੇ ਮਿਊਂਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਦੇ ਵਿੱਚ ਪੋਸਟਡ ਨੇ। 50,000 ਰੁਪਇਆ ਇਹਨਾਂ ਨੂੰ ਰਿਸ਼ਵਤ ਲੈਂਦਾ ਰੰਗੇ ਹੱਥੀ ਗ੍ਰਿਫਤਾਰ ਕੀਤਾ। ਕਿੱਥੋਂ ਗ੍ਰਿਫਤਾਰ ਕੀਤਾ? ਇਹ ਮਿਊਂਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਹੀ ਇਹ ਮਤਲਬ ਪੈਸੇ ਲੈਣ ਆ ਗਏ ਸੀਗੇ।
ਉਹ ਮਿਊਂਸੀਪਲ ਕਾਰਪੋਰੇਸ਼ਨ ਦੇ ਆਫਿਸ ਦੇ ਸਾਹਮਣੇ ਗ੍ਰਿਫਤਾਰ ਕੀਤਾ। ਕਾਰਵਾਈ ਜਦੋਂ ਖੇਡਾਂ ਅਗਰ ਕੋਈ ਹੋਰ ਆਰੋਪ ਲੱਗਦਾ, ਕੋਈ ਹੋਰ ਅਫਸਰ ਪੈਸੇ ਡਿਮਾਂਡ ਕਰਦਾ, ਪਬਲਿਕ ਕੋ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ, ਚਾਹੇ ਕੋਈ ATP ਹੈ, MTP ਹੈ, ਬਿਲਡਿੰਗ ਇੰਸਪੈਕਟਰ ਹੈ, ਤਾਂ ਉਹਨੂੰ ਵਿਜੀਲੈਂਸ ਵਗੈਰਾ ਨੂੰ ਅਪਰੋਚ ਕਰਨਾ ਚਾਹੀਦਾ। ਸਾਡੇ SSP ਸਾਹਿਬ ਦੇ ਬੜੇ ਕਲੀਅਰ ਇੰਸਟਰਕਸ਼ਨਸ ਨੇ ਤੁਹਾਡੇ ਸਟਾਫ ਨੂੰ, ਤਾਂ ਉਹਨਾਂ ਦੀ ਬੜੀ ਕਲੀਅਰ ਫੋਕਸ ਹੈਗਾ ਕਿ ਜਿਹੜੀ ਕਰਪਸ਼ਨ ਹੈ ਉਹ ਕਿਸੇ ਵੀ ਐਂਡ ਤੇ ਜਿਹੜੀ ਹੈਗੀ ਆ ਉਹ ਬਰਦਾਸ਼ਤ ਨਹੀਂ ਕਰਦਾ। 50,000 ਤੋਂ ਇਲਾਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਛ? ਨਹੀਂ 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 ਨਥਿੰਗ ਉਸ ਤੋਂ ਇਲਾਵਾ ਨਹੀਂ। ਰਿਕਵਰੀ ਸੀਗੀ, ਫਿਲਹਾਲ ਕੋਈ ਗੱਡੀ ਵਗੈਰਾ ਇਹਨਾਂ ਦੀ? ਨਹੀਂ 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 ਨਥਿੰਗ।